ਪਿਆਰ ਦੇ ਕੇ ਤੇ ਮੇਰਾ ਮਸਤਕ ਸਿਰ ਤੁਹਾਡੇ ਚਰਨਾਂ ਵਿੱਚ ਹੈ। ਮੈਂ ਬੜਾ ਹੀ ਸ਼ੁਕਰ ਗੁਜ਼ਾਰ ਹਾਂ ਤੁਹਾਡੇ ਪਿਆਰ ਦੇ। ਪਲੀਜ਼ ਬੈਠ ਜਾਓ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ। ਤਾਂ ਸਿੱਧੇ ਹੀ ਚੱਲਦੇ ਹਾਂ ਭਗਵਤੀ ਮਾਂ ਦੇ ਚਰਨਾਂ ਵਿੱਚ, ਜਿੱਥੇ ਖੂਬਸੂਰਤ ਗੁਲਦਸਤਾ ਭਗਵਤੀ ਮਾਂ ਦੀਆਂ ਭੇਟਾਂ ਦਾ ਸਜਿਆ ਪਿਆ ਔਰ ਤੁਹਾਡੇ ਸਨਮੁੱਖ ਪਰੋਸਣ ਵਾਸਤੇ ਜਾ ਰਹੇ ਹਾਂ। ਸੋ ਉਹ ਖੂਬਸੂਰਤ ਆਵਾਜ਼ ਜਿਸ ਦੀ ਇੰਤਜ਼ਾਰ ਬਹੁਤ ਦੇਰ ਤੋਂ ਤੁਸੀਂ ਕਰ ਰਹੇ ਹੋ, ਆਓ ਸਿੱਧੇ ਮਾਂ ਦੇ ਕਦਮਾਂ ਨਾਲ ਜੁੜਦੇ ਹਾਂ। ਖੂਬਸੂਰਤ ਆਵਾਜ਼ ਸਲੀਮ ਜੀ, ਮੁਆਜ਼ਿਜ਼ ਹਾਜ਼ਰੀਨ, ਮਾਤਾ ਰਾਣੀ ਦੇ ਚਰਨਾਂ 'ਚ ਤਸ਼ਰੀਫ ਫਰਮਾ, ਬਹੁਤ ਹੀ ਮੁਆਜ਼ਿਜ਼ ਸਤਿਕਾਰਯੋਗ ਸੰਗਤ ਨੂੰ ਮੇਰਾ ਜੈ ਮਾਤਾ ਦੀ ਜੀ ਸਾਰਿਆਂ ਨੂੰ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਮਾਈ ਜੀ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦੇਣ ਵਾਸਤੇ ਇੱਥੇ ਬੁਲਾਇਆ। ਪ੍ਰੀਤੀ ਮਹੰਤ ਜੀ, ਇੱਕ ਵਾਰੀ ਜ਼ੋਰਦਾਰ ਤਾੜੀਆਂ ਪ੍ਰੀਤੀ ਮਹੰਤ ਜੀ ਵਾਸਤੇ, ਹੱਥ ਉੱਪਰ ਖੜੇ ਕਰਕੇ ਤਾੜੀਆਂ ਮਾਰਿਆ ਕਰੋ, ਕਿਉਂਕਿ ਇਹਨਾਂ ਦੀ ਸਭ ਤੋਂ ਪਹਿਲਾਂ ਉਸ ਦਰਗਾਹ ਵਿੱਚ ਇਹਨਾਂ ਦੀ ਸੁਣੀ ਜਾਂਦੀ, ਉਸ ਤੋਂ ਬਾਅਦ ਬਾਕੀ ਲੋਕਾਂ ਦੀ ਸੁਣੀ ਜਾਂਦੀ, ਸੁਣੀ ਸਕਦੀ ਜਾਂਦੀ ਪਰ ਇਹਨਾਂ ਦੀ ਬਹੁਤ ਜਲਦੀ ਸੁਣੀ ਜਾਂਦੀ। ਪੂਰੀਆਂ ਹੁੰਦੀਆਂ ਨੇ ਮੁਰਾਦਾਂ ਜਿਹੜੀਆਂ ਸਾਡੇ ਲਈ ਮੰਗਦੇ ਨੇ। ਇੱਕ ਵਾਰੀ ਪ੍ਰੀਤੀ ਮਹੰਤ ਵਾਸਤੇ ਜ਼ੋਰਦਾਰ ਤਾੜੀਆਂ, ਸਾਡੇ ਬੜੇ ਸਤਿਕਾਰਯੋਗ ਨੇ, ਅਸੀਂ ਬੜਾ ਪਿਆਰ ਕਰਦੇ ਹਾਂ ਇਹਨਾਂ ਨੂੰ, ਇਹਨਾਂ ਦਾ ਆਸ਼ੀਰਵਾਦ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੇਰਾ ਵੀਰ ਮੁੱਖ ਸੇਵਾਦਾਰ ਸਲੀਮ ਚਿਸ਼ਤੀ ਹਰੀਸ਼ ਅਰੋੜਾ, ਪੀਰ ਬਾਬਾ ਚਾਨਣ ਸ਼ਾਹ ਜੀ ਅਤੇ ਮਸਤ ਅਲਮਸਤ ਦਾਤਾ ਨਿੱਕੇ ਸ਼ਾਹ ਜੀ, ਉਹਨਾਂ ਦੀ ਦਰਗਾਹ 'ਤੇ ਪੰਜਵਾਂ 54ਵਾਂ ਜਾਗਰਣ ਹੈ, 54ਵਾਂ ਉਰਸ ਹੈ, 25ਵਾਂ ਜਾਗਰਣ ਹੋ ਰਿਹਾ ਅਤੇ ਉਰਸ ਵੀ ਨਾਲ ਹੋ ਰਿਹਾ। ਬੜੀ ਇਸ ਤੋਂ ਜ਼ਿਆਦਾ ਖੁਸ਼ੀ ਦੀ ਖਬਰ, ਖੁਸ਼ੀ ਦੀ ਗੱਲ ਹੋਰ ਹੋ ਹੀ ਨਹੀਂ ਸਕਦੀ। ਔਰ ਤੁਸੀਂ ਸੰਗਰੂਰ ਵਾਲੇ ਬੜੇ ਸੁਰੀਲੇ ਹੋ ਯਾਰ, ਤੁਹਾਨੂੰ ਮੈਂ ਕੀ ਸੁਣਾ ਸਕਦਾ, ਕੁਛ ਵੀ ਨਹੀਂ। ਮੇਰੀ ਉੱਡੀ ਔਕਾਤ ਨਹੀਂ ਕਿ ਮੈਂ ਤੁਹਾਨੂੰ ਗਾਣਾ ਸੁਣਾ ਸਕਾਂ, ਕਿਉਂਕਿ ਤੁਸੀਂ ਉਹ ਲੋਕ ਹੋ ਜਿਹੜੇ ਕਿ ਹਮ ਤੋਂ ਬਿਕ ਜਾਤੇ ਹੈ ਉਹਨਾਂ ਅਹਿਲੇ ਕਰਮ ਕੇ ਹੱਥੋਂ, ਅਹਿਸਾਨ ਕਰਕੇ ਜੋ ਨਜ਼ਰੇ ਨੀਚੀ ਰੱਖਦੇ ਹੈ, ਤੁਸੀਂ ਉਹਨਾਂ 'ਚੋਂ। ਗੋਡ ਬਲੈਸ, ਖੁਸ਼ ਹੋ ਜਾਓ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਲਵੀ ਦਾ, ਲੱਕੀ ਦਾ, ਇਹਨਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਮੈਨੂੰ ਇੱਥੇ ਸੱਦਣ 'ਚ, ਔਰ ਮਾਈ ਜੀ ਨੇ ਇਹਨਾਂ ਦਾ ਸੁਪਨਾ ਸਾਕਾਰ ਕੀਤਾ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਰਿਆਂ ਨੇ। ਕਰੀਏ ਜੀ ਸ਼ੁਰੂ, ਇੱਕ ਵਾਰੀ ਜ਼ਰਾ ਜੈਕਾਰਾ ਲਾ ਦਿਓ ਮਾਤਾ ਰਾਣੀ ਦਾ, ਹੱਥ ਉੱਪਰ ਖੜੇ ਕਰਕੇ ਜੈਕਾਰਾ ਸ਼ੇਰਾਂ ਵਾਲੀ ਦਾ। ਗਾਣਾ ਰੇਤ ਦੀ ਦੀਵਾਰ ਹੈ, ਸੰਗੀਤ ਰੇਤ ਦੀ ਦੀਵਾਰ ਹੈ, ਇਹ ਕਿਸੇ ਵੇਲੇ ਵੀ ਬਣ ਸਕਦੀ ਹੈ, ਕਿਸੇ ਵੇਲੇ ਵੀ ਢਹਿ ਸਕਦੀ ਹੈ, ਇਹਦਾ ਕੋਈ ਅਹੰਕਾਰ ਨਹੀਂ ਹੈ, ਮਾਣ ਨਹੀਂ ਹੈ। ਸੋ ਮੈਂ ਜਦੋਂ ਵੀ ਕਿਤੇ ਗਾਉਣਾ ਤਾਂ ਤੁਹਾਡੇ ਆਸ਼ੀਰਵਾਦ ਸਦਕਾ ਹੀ ਗਾਉਣਾ, ਅੱਜ ਵੀ ਆਪਣਾ ਆਸ਼ੀਰਵਾਦ ਇੱਦਾਂ ਮੇਰੇ 'ਤੇ ਬਣਾਈ ਰੱਖਿਓ, ਮਿਹਰਬਾਨੀ। ਸ਼ੁਕਰੀਆ।
वक्र वक्रतुंड महाकाय वक्रतुंड महाकाय सूर्यकोटि समप्रभ वक्रतुंड महाकाय सूर्यकोटि समप्रभ निर्विघ्नं कुरु महादेव सर्वकार्येषु सर्वदा तेरी जय हो गणेश जी तेरी जय
ਜਨਮ ਨੇ ਤੁਝੇ ਜਨਮ ਦਿਓ ਹੈ ਜਿਹੜਾ ਬੱਚਾ ਸਾਡੇ ਕੋਲ ਆਇਆ ਹੋਇਆ ਆਹ ਜਿਹੜਾ ਇੱਧਰ ਸੈਂਪਲਰ ਹੋ ਜਾ ਰਿਹਾ ਅੱਜ ਇਹ ਇਹਦੀ ਪਹਿਲੀ ਵਾਰੀ ਅੱਜ ਪਹਿਲੀ ਵਾਰੀ ਵਜਾ ਰਿਹਾ ਸਟੇਜ ਤੇ ਖੜੇ ਹੋਣਾ ਹੀ ਬਹੁਤ ਵੱਡੀ ਗੱਲ ਹੈ ਇਹ ਬੱਚਾ ਵਜਾ ਰਿਹਾ ਇਹਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਨਾਲ ਬਿੱਟੂ ਸਾਊਂਡ ਖੰਨਾ ਮੇਰੇ ਭਰਾ ਦੀ ਸਾਊਂਡ ਹੈ ਮੇਰਾ ਭਤੀਜਾ ਚਲਾਉਂਦਾ ਹੈ ਥੋੜ੍ਹੇ ਸ਼ਾਰਪ ਕਰਦੇ ਸਰ ਨਹੀਂ ਪੂਰਾ ਔਰਕੈਸਟਰਾ ਆ ਜਿਹੜੇ ਪਿੱਛੇ ਵੱਜ ਰਹੇ ਨੇ ਸਾਜ ਉਹਨਾਂ ਕੋਲ ਅੱਗੇ ਲੱਕੀ ਨੂੰ ਸ਼ਾਰਪ ਕਰਦੇ ਆ ਢੋਲ ਵਾਲੇ ਨੂੰ ਰਹਿਮਤ ਦਾ ਪੂੜਾ ਜਿਹੜਾ ਚਾਂਟੀ ਉਹ ਥੋੜ੍ਹੀ ਜਿਹੀ ਸ਼ਾਰਪ ਚਾਹੀਦੀ ਇੱਕ ਵਾਰੀ ਹੱਥ ਉੱਪਰ ਖੜੇ ਕਰਕੇ ਸਾਰਿਆਂ ਨੇ ਜੈਕਾਰਾ ਬੁਲਾਉਣਾ ਉਹਨੂੰ ਉਹਦੇ ਮਾਂ ਪਿਓ ਦੀ ਸਹੁੰ ਜਿਹੜਾ ਨਾਂ ਬੁਲਾਵੇ ਮੌਲਵੀ ਸਾਹਿਬ ਬੜਾ ਨਾਮ ਸੁਣਿਆ ਉਹਨਾਂ ਦਾ ਮੈਂ ਅੱਜ ਦਰਸ਼ਨ ਹੋਏ ਨੇ ਅੱਜ ਦਰਗਾਹ ਤੇ ਮੱਥਾ ਟੇਕਿਆ ਮੇਰੀ ਰੂਹ ਪ੍ਰਸੰਨ ਹੋ ਗਈ ਅੰਤਰਾਤਮਾ ਤ੍ਰਿਪਤ ਹੋ ਗਈ ਕੈਸਾ ਰੂਪ ਹੈ ਉਹਨਾਂ ਦਾ ਖੂਬਸੂਰਤ ਉਹ ਕਿਤੇ ਗਏ ਨਹੀਂ ਇੱਥੇ ਨੇ ਔਰ ਹਮੇਸ਼ਾ ਹਾਜ਼ਰ ਨਾਜ਼ਰ ਹੀ ਰਹਿੰਦੇ ਨੇ ਦਾਤਾ ਜੀ ਮੇਰੀ ਸਰਕਾਰ ਉਹਨਾਂ ਵਾਸਤੇ ਮੇਰੇ ਬੁਲਾ
ਮੇਰੀ ਕਹਿਣਾ ਹੁਣ ਤੇਰੀਆਂ ਪਰ ਤੂੰ ਲਾ ਦੇ
आशीर्वाद दे रहे ने, मैं बड़ा शुक्रगुजार, मेहरबानी जी। हाँ जी, जय बाबा हैदर शेख जी, उन्होंने सेवादार बहुत सारा आशीर्वाद दे के कह रहे उन्होंने शुक्रगुजार। Come on.
मेरी गुजारिश है कि इधर बहुत सारे पब्लिक खड़ी है, उन्होंने बेनती है प्रबंधकों कि उन्होंने इतों हटाओ, बार बार जिहड़े साडे तारा ने केबल्स ने उन्होंने हिला रहे ने, बार बार चंगा नहीं लग रहा। मैं कह रहा सी गुस्से नाल नाम नहीं लईदा, परमात्मा का नाम हमेशा हस के लईदा, क्योंकि वह भी फिर हस के ही देंदा है ना। बाबे हो जे महादेव का नाम लेना देता को ना जगारा वीर बजरंगी चरणा दा प्यार माए। सरदूल बाजी वास्ते एक बार जोरदार ताड़ियां मारो जरा लब गई। उन्हां वर्गा ना कोई सीगा, ना कोई होना ते ना कोई होएगा, वो एक कोई सी मां ने एक ही ऐसा पुत जमया सी जिथे वो पैर रखते सी धरती सुरीली हो जाती सी, ऐसा मालक ने उन्होंने रुतबा बख्शा। सरदूल सिकंदर साहब एक बार जोरदार ताड़ियां मारो। बंगाले बंगाले हूं आवाज नहीं निकलती, बोलो बंगाले। उन सौ लगे वे मां प्यो ने जरा ना बोले बंगाले बंगाले बंगाले
ਨਾਮ ਬੋਲੇ ਨਾ ਗੂੰਜਣੀ ਚਾਹੀਦੀ ਆ ਵੀ ਮਿੱਤਰੋ ਹੱਥ ਉੱਪਰ ਕਿਹੜੇ ਕਰਕੇ ਮੇਰੀ ਗੁਜ਼ਾਰਿਸ਼ ਹੈ ਵੀਡੀਓ ਵਾਲੇ ਭਰਾਵਾਂ ਮੇਰਿਆਂ ਨੂੰ ਇੱਕ ਵਾਰੀ ਇਹਨਾਂ ਵਾਸਤੇ ਜ਼ੋਰਦਾਰ ਤਾੜੀ ਮਾਰੋ ਪਰ ਭਾਜੀ ਇੱਕ ਬਹਿ ਜਾਓ ਇੱਕ ਵਾਰੀ ਕੈਮਰਾ ਜਿਹਾ ਸੈੱਟ ਕਰਕੇ ਬਹਿ ਜਾਓ ਕਿਉਂਕਿ ਉਹ ਭੈਣਾਂ ਮੇਰੀਆਂ ਮੈਨੂੰ ਵੇਖਣਾ ਚਾਹੁੰਦੀਆਂ ਨੇ ਇੱਧਰ ਮੇਰੇ ਭਰਾ ਵੇਖਣਾ ਚਾਹੁੰਦੇ ਨੇ ਹੈਨਾ ਬੰਬੋਲੇ ਆਵਾਜ਼ ਨਹੀਂ ਆ ਰਹੀ ਮੈਨੂੰ ਬੰਬੋਲੇ ਸਾਰਾ ਜਗਤ ਕਰੇ ਤੇਰੀ ਪੂਜਾ ਸਾਰਾ ਜਗਤ
सलीम चिश्ती इहदा नाम भी सलीम है मेरा नाम भी सलीम है पर यह मुकम्मल सलीम है मैं हजे कच्चा बहुत ही यह पक्या सलीम है क्योंकि दाता जी के चरणों च रहिंदा 24 घंटे उन्होंने कदमों च रहिंदा मौलवी साहब उन्होंने चरणों च रहिंदे ने उन्होंने कदमों च रहिंदे ने पाक कदमों च जी जी साई शमशाद अली जी वह भी तशरीफ फरमा ने उन्होंने भी असं बड़े शुक्रगुजार हाँ जी मेहरबानी दादा जी सारा जगत करे तेरी पूजा सारा जगत करे तेरी पूजा तेरे सारा जगत करे तेरी पूजा नजर मिल रही है ना नहीं रुको एक मिनट देख रहे हैं ना नहीं देख रही पाजी बैजल तो मिनट है पाजी प्लीज है ना बेनती है क्योंकि भैणा पिछे मेनू मारना होना तेन कुछ नहीं सारा जगत करे तेरी
खुश रहो जी, मेहरबानी भाजी। आजा भी 1 2 3 हाँ जी आइए, जिन जिन ये भजन अच्छा लगता है हाथ खड़े करके दसो भाई। क्या बात है, मैं खरे रहमत ने नवा पुड़ा लिया तू Oh,
ਸਿਆਣੇ ਕਹਿੰਦੇ ਆਪਣੀ ਜ਼ਾਤ ਨਹੀਂ ਲੁਕਾਉਣੀ ਚਾਹੀਦੀ, ਜਿਹੜਾ ਬੰਦਾ ਆਪਣੀ ਜ਼ਾਤ ਲੁਕਾਉਂਦਾ ਉਹਦੇ ਜਿੰਨਾ ਨਮਰਦ ਬੰਦਾ ਕੋਈ ਨਹੀਂ। ਜ਼ਾਤ ਨਹੀਂ ਲੁਕਾਉਣੀ ਚਾਹੀਦੀ, ਮਰਾਸੀਆਂ ਦਾ ਮੁੰਡਾ ਹੈਗਾ ਤੇ ਹੈਗਾ, ਔਰ ਮੈਨੂੰ ਬੜਾ ਮਾਣ ਹੈ ਕਿ ਮੈਂ ਇਸ ਕੌਮ 'ਚ ਜੰਮਿਆ। ਮਿਹਰਬਾਨੀ, ਸ਼ੁਕਰੀਆ। ਲੋ ਵੀ ਉਹਨੂੰ ਉਹਦੇ ਸਕੇ ਮਾਂ ਪਿਓ ਦੀ ਸਹੁੰ ਜਿਹੜਾ ਨਾ ਬੋਲੇ, ਹੱਥ ਪ੍ਰਗਟੇ ਕਰਕੇ ਮੇਰੇ ਬੰਬ ਬੰਬ ਬੋਲੇ ਬੋਲੇ। ਬਾਜ ਤਾਂ ਆਉਂਦੀ ਨੀ ਤੁਹਾਡੀ, ਬਾਜ ਤਾਂ ਆਉਂਦੀ ਨੀ ਹੈਗੀ। ਮੇਰੇ ਬੰਬ ਬੰਬ ਬੋਲੇ ਬੋਲੇ। ਇੱਕ ਮਿੰਟ ਸਟਾਪ। ਮੇਰੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ। ਉਹ ਵੀਰੇ ਮੈਂ ਹੁਣ ਕੀ ਕਰਾਂ, ਮੈਂ ਕਿੰਨੀ ਵਾਰੀ ਕਹਿ ਚੁੱਕਾ। ਕੋਈ ਨੀ, ਤੁਸੀਂ ਬਹਿ ਜਾਓ ਮੈਂ ਵੈਸੇ ਵੀ ਵੇਖਣ ਵਾਲੀ ਚੀਜ਼ ਨੀ, ਸੁਣਨ ਵਾਲੀ ਆ। ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਉੱਚੀ ਵਾਲਾ ਬੰਬ ਬੰਬ ਬੋਲੇ ਸਾਰੇ ਹੀ ਬੋਲੋ ਬੰਬ ਬੰਬ ਬੋਲੇ ਬੋਲੇ ਬਾਬਾ ਬੋਲੇ ਬਾਬਾ ਬੋਲੇ ਬਾਬਾ ਸੱਚ 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 ਸ
ਰੱਖਦਾ ਦੂਸਰਾ ਕਲਾ ਨਹੀਂ ਮੇਰੀ ਗੁਜ਼ਾਰਿਸ਼ ਹੈ ਯਾਰ ਹੁਣ ਸਾਨੂੰ ਗਾ ਲੈਣ ਦਿਓ ਸਲੀਮ ਜੀ ਲੈ ਜਾਓ ਮੇਰੀ ਜਾਨ ਲੈ ਜਾਓ ਮੇਰੀ ਜਾਨ ਮੌਜ ਲੱਗ ਗਈ ਏ ਬੇਟਾ ਅਦਬ ਦੇ ਦਾਰੀ ਚ ਰਹਿ ਕੇ ਮਾਤਾ ਰਾਣੀ ਦਾ ਦਰਬਾਰ ਹੈ ਅਸੀਂ ਤਾਂ ਕੁਛ ਨੀ ਕਹਿਣਾ ਜਿਹੜੀ ਉਹਨੇ ਕਹਿਣੀ ਹੈ ਤੈਨੂੰ ਉਹ ਤੂੰ ਕਦੀ ਭੁੱਲਣੀ ਨੀ ਪਈ ਠੀਕ ਹੈ ਅਦਬ ਦੇ ਦਾਰੇ ਚ ਰਹਿ ਕੇ ਰਹਿਣਾ ਇੱਥੇ ਮੈਂ ਤਾਂ ਹੱਸਦਾ ਹੀ ਖੇਡਦਾ ਰਹਿੰਦਾ ਹੁਣ ਹੁਣ ਤਾਂ ਮੈਂ ਕਹਿੰਦਾ ਹੀ ਕੁਛ ਨੀ ਕਿਸੇ ਨੂੰ ਤਾਂ ਵੀ ਹੱਟਦੇ ਨੀ ਸਾਨੂੰ ਗੱਲਾਂ ਕਰੀ ਜਾਂਦੀ ਸੰਗਰੂਰ ਬਠਿੰਡਾ ਸੰਗਰੂਰ ਇਹ ਲਾਗੇ ਲਾਗੇ ਜਿਹੜੇ ਨਗਰ ਨੇ ਜਿਹੜੇ ਸ਼ਹਿਰ ਨੇ ਉਹ ਬੜੇ ਸੁਰੀਲੇ ਨੇ ਤਾਂ ਕਰਕੇ ਗਾਣਾ ਆ ਰਿਹਾ ਗਾਉਣ ਦਾ ਸਵਾਦ ਆ ਰਿਹਾ ਤੇ ਤੁਸੀਂ ਆਰਾਮ ਨਾਲ ਬੈਠ ਕੇ ਸੁਣੋ ਮਜ਼ਾ ਆਏਗਾ ਜੇ ਰੌਲੇ ਗਮਲੇ 'ਚ ਸੁਣੋਗੇ ਤੇ ਤੁਹਾਡੇ ਸਿਰ ਦੇ ਉੱਤੋਂ ਦੀ ਵੀ ਲੰਘ ਜਾਣਾ ਮੈਂ ਤਾਂ ਗਾ ਕੇ ਲੰਘ ਜਾਣਾ ਜੇ ਸੁਣੋਗੇ ਤਾਂ ਸਵਾਦ ਆਏਗਾ ਕਿਉਂ ਸਲੀਮ ਦੇ ਮੰਮੀ ਜੀ ਮੇਰੇ ਮੰਮੀ ਜੀ ਮੌਜ ਲੱਗ
ਮੌਜ ਲੱਗ ਮੌਜ ਲੱਗ ਮੈਨੂੰ ਮੌਜ ਲੱਗ 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 ਗਈ ਏ ਕੋਈ ਥੋੜ ਵੀ ਭਰੀ ਏ ਮੌਜ ਲੱਗ ਗਈ ਏ ਕੋਈ ਥੋੜ ਵੀ ਭਰੀ ਏ ਮੌਜ ਲੱਗ ਗਈ ਏ ਕੋਈ ਥੋੜ ਵੀ ਭਰੀ ਏ ਮੌਜ ਲੱਗ ਗਈ ਏ ਕੋਈ ਥੋੜ ਵੀ ਭਰੀ ਏ ਮੋਨੀਟਰਾਂ ਚ ਮੇਰੇ ਮੋਨੀਟਰਾਂ ਚ ਥੋੜੀ ਜਿਹੀ ਘਟਾਉਣੀ ਇੱਕ ਹਾਫ ਡੀਬੀ ਜਿਨ੍ਹਾਂ ਦੇ ਨਾਲ ਰਿਹਾ ਹੈ ਉਹ ਬੜੇ ਵੱਡੇ ਲੋਕ ਸੀ ਸਰਦੂਲ ਭਾਜੀ ਲਵਕੇਸ਼ ਉਹਨਾਂ ਦੇ ਨਾਲ ਰਹਿ ਕੇ ਉਸਤਾਦ ਬਣ ਗਿਆ ਹੈ ਨਾ ਉਹਨਾਂ ਦੇ ਕੋਲ ਰਹਿਣਾ ਹੀ ਬੜੀ ਵੱਡੀ ਗੱਲ ਹੈ ਸਾਡੇ ਵਰਗੇ ਪਾਪੀ ਉਹਨਾਂ ਕੋਲ ਰਹਿ ਰਹੇ ਕੇ ਥੋੜ੍ਹਾ ਬਹੁਤ ਗਾਉਣ ਲੱਗ ਪਿਆ ਇਹ ਤਾਂ 24 ਘੰਟੇ ਦੇ ਦਿੰਦਾ ਸੀ ਇੱਕ ਵਾਰੀ ਲਵਕੇਸ਼ ਵਾਸਤੇ ਜ਼ੋਰ ਦਿੰਦਾ ਥੈਂਕ ਯੂ ਬ੍ਰਦਰ ਸ਼ੁਕਰੀਆ ਮਾਫ਼ ਕਰ
बेटा बैठ जाओ, सारे बैठ जाओ, बैठ जाओ सारे बैठ जाओ। जिंदा करना नहीं, 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 गाना गाना बहुत मुश्किल है। जिन्हों गाना आउंदा है वो बहुत डरता है, जिन्हों नहीं आउंदा कहते कोई गल ही नहीं, गा देंगे चक देंगे फटे पंद्रह काले तो। रिदम ना छड़े करो यार, आवाज घट करनी होंगी लै उन्नी रखनी है। गल माफी दी हो रही है, वो कहते माफ कर दिती मैनू भैया ते कसीरे, माफ कर दिती मैनू भैया ते कसीरे, कुत्ते सुर लाणा रू नाल भावें जान निकल जाए। माफ कर दिती कोई नहीं, लगेगा यकीन रखो, होप। माफ करना दुनिया का सब तो वड्डा पुन्न का काम है, जिन्हों माफ करना नहीं आता वह इंसान नहीं हो सकता। माफ करना बहुत दुनिया का चंगा काम है, गलती रब भी माफ कर दिता, असं तो कोई चीज ही नहीं ना। भाजी बह जाओ यार, तुम रौला बहुत पाने साडे दरांड आंदरिया पुठिया हो चली है, गल की। माफ करना दुनिया की बड़ी वड्डा पुन्न का काम है, क्यों भाजी? जिन्हों माफ नहीं करना आता वो इंसान नहीं हो सकता, वो क्रूर इंसान है। तो कई बार असं इन्ने गुनाह कर लेने, इन्ने पाप कर लेने कि जो आखिरी समा आता है, जो आखिरी समा आता तो उदो डर लगता कि यार हूँ तो जाना ही पैना, उत्ते तो उत्ते जाके उन्हें वही खाता खोल लेना, साडा तो कबर चा ही खोल लेते भरावा, चाली कदम चाहिए अजे अगे ना ही अंदर भी उठो, गल की है। सुनो पर गल एक ही है, जला दो दफना दो रोड़ दो मिट्टी मिट्टी हो जाती। वो कहते ने कि खरिया कमाले या कमाले खोटियां, खरिया कमाले या कमाले खोटियां, खानिया तो बंदे तू दो रोटियां। वड्डे वड्डे जग ते अमीर होए ने, वड्डे वड्डे वली ते अमीर होए ने, मिट्टी सी ते मिट्टी ही अखीर होए ने। कर ले मैदान फतेह चढ़ चोटियां, पर खानियां तो बंदे तू रोटियां। ओही गल है कि माफ कर देना चाहिए बाबे। ते कई बार डर भी बहुत लगता है कि बाबा जी उपर जाके कितने पूछे ना, ते फिर वो की कहता है कि ना तो मेरा वो अदल करे, अदल मतलब हिसाब किताब, ना तो मेरा वो अदल ही करे ते ना ही मेरा वो इंसाफ करे, बस मैं माफ करे, पूछे कुछ ना मैं माफ कर दे। तो इस करके मैं तुम्हें कहना कि समा रेंद्या गलतियां की माफी मांग लिया करो, तौबा कर लिया करो, माता रानी के दर से, बाबा जी के दर से, वाहेगुरु के दर से, है ना, मौलवी साहब के दर से, समा रेंद्या माफी मांग लो। नहीं तो फिर इदा होंगे कि
माफ करियो मेनू माफ करी 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 माफ करियो मेनू माफ करियो मेनू माफ करी फोटो खिचाउणी हजे मेरी फोटो ठीक नहीं आनी हजे मैं जरा फोटो वास्ते नहीं है हजे मैं गा लाऊ माफ करियो माफ करी माफ करियो मेनू माफ करी माफ करियो मेनू माफ करी सच्ची गल कोई हद नहीं मेरे मालवी साहब जी मेरे पीर बाबा चानन शाह मेरे शाह कोई हद नहीं तेरी रहमत दी हद नहीं तेरी रहमत दी कोई हद नहीं तेरी
ਇਹ ਸਾਡੇ ਦੋਵਾਂ ਤੇ ਲੱਗ ਜਾਂਦਾ ਹੈ। ਸਲੀਮ ਕਿੱਥੇ ਚਲਾ ਗਿਆ? ਬੈਠ ਜਾਓ, ਬਹਿ ਜਾਓ। ਹਾਂਜੀ ਕਾਜੋ ਹੈ ਲਿਆ। ਵਾਹ ਵਾਹ ਜਿਹਦਾ ਹੈ, ਵਾਹ ਵਾਹ ਦੁੱਧ ਸੋਡਾ ਪਿਆ ਦੇ, ਵਾਹ ਵਾਹ। ਥੋੜਾ ਜਿਹਾ ਰਿਵਰਬ ਡਿਲੇ ਦੇਈ ਜਰਾ ਸੌਰਵ। ਓਏ ਬਹਿ ਜਾ ਬੇਟਾ, ਫੋਟੋ ਵਾਲਾ ਕੰਮ ਬਾਅਦ ਚ ਕਰਦੇ, ਹਜੇ ਰੋਟੀ ਵਾਲਾ ਕੰਮ ਕਰ ਲਈ। ਫੋਟੋ ਤਾਂ ਫੋਟੋ ਰਹਿ ਜਾਣੀ, ਰੋਟੀ ਨਹੀਂ ਲੱਗਦੀ। ਇਸ ਇੰਸਟਰੂਮੈਂਟ ਦਾ ਨਾਮ ਹੈ ਕਾਜ਼ੋ। ਭਾਜੀ ਬਹਿ ਜਾਓ ਜੀ, ਸਰਦਾਰ ਜੀ ਮੇਰੀ ਜਾਨ, ਬਹਿ ਜਾਓ ਜੀ, ਬਹਿ ਜਾਓ, ਬਹਿ ਜਾਓ। ਤੇਰੀ ਹਾਂ ਕੁੱਤੀ ਸਲੀਮ ਨਾਮ, ਸਲੀਮ ਹੈ ਮੈਂ ਵੀ ਸਲੀਮ ਹਾਂ। ਸਾਡੀ ਦੋਵਾਂ ਦੀ ਇਹੋ ਹੀ ਸਕੀਮ ਹੈ ਕਿ ਸਾਨੂੰ ਦਾਤਿਆਂ ਦੇ ਚਰਨਾਂ 'ਚ ਕਰਮਾਂ 'ਚ ਹੀ ਤਲੀਮ ਹੈ ਅਤੇ ਉੱਥੇ ਹੀ ਯਕੀਨ ਹੈ। ਔਰ ਤੇਰੀ ਹਾਂ ਕੁੱਤੀ ਸਲੀਮ ਨਾਮ ਮੇਰਾ, ਕਹਿਣ ਨੂੰ ਕੁੱਤਾ ਵੀ ਕਹਿ ਸਕਦੇ ਹਾਂ ਪਰ ਨਹੀਂ, ਸਾਈਆਂ ਦੀ ਕੁੱਤੀ ਬਣ ਜਾਈਏ ਹੋਰ ਕੀ ਚਾਹੀਦਾ ਹੈ ਨਾ। ਅਸੀਂ ਤਾਂ ਉਹਨਾਂ ਦੇ ਕੁੱਤਿਆਂ ਦੇ ਕੁੱਤਿਆਂ ਦੇ ਕੁੱਤਿਆਂ ਦੇ ਗਾਂ ਕੁੱਤੇ ਆ। ਹਾਂਜੀ ਤੇਰੀ ਹਾਂ ਕੁੱਤੀ ਸਲੀਮ ਨਾਮ ਮੇਰਾ, ਜੇ ਤੂੰ ਆਜਮਾ ਦੇ ਭੱਜੀਆਂ ਦੀ ਆਵੇ। ਤੇਰੀ ਹਾਂ ਕੁੱਤੀ ਸਲੀਮ ਨਾਮ ਮੇਰਾ, ਜੇ ਤੇਰੀ ਹਾਂ ਕੁੱਤੀ ਸਲੀਮ ਨਾਮ ਮੇਰਾ, ਜੇ ਤੂੰ ਬਾਜ ਮਾਰੇ ਭੱਜੀਆਂ ਦੀ ਆਵੇ। ਜੇ ਤੂੰ ਬਾਜ ਮਾਰੇ ਭੱਜੀਆਂ ਦੀ ਆਵੇ, ਤੇਰੀ ਹਾਂ ਕੁੱਤੀ ਸਲੀਮ ਨਾਮ ਮੇਰਾ, ਜੇ ਤੂੰ ਬਾਜ ਮਾਰੇ ਭੱਜੀਆਉਣੀਆਂ ਮੈਂ। ਮੇਰੇ ਗਲ ਪੱਟਾ ਤੇਰੇ ਨਾਮ ਵਾਲਾ, ਤੇਰੇ ਦਰ ਤੇ ਪਈ ਉਂਗਲਾਉਣੀਆਂ ਮੈਂ। ਤੇਰੇ ਸਰ ਬਿਨਾ ਡਰ ਹੋ ਨਾਹੀਂ, ਸਾਈਆਂ ਤੇਰੀ ਹੀ ਥਾਂ ਸਜਾਉਣੀਆਂ ਮੈਂ। ਮੇਰੇ ਦਾਦਾ ਤੇਰੀਆਂ ਤੂੰ ਜਾਣੇ, ਮੇਰੇ ਦਾਦਾ ਤੇਰੀਆਂ ਤੂੰ ਜਾਣੇ, ਮੇਰੇ ਦਾਦਾ ਤੇਰੀਆਂ ਤੂੰ ਜਾਣੇ, ਮੇਰੇ ਦਾਦਾ ਤੇਰੀਆਂ ਤੂੰ ਜਾਣੇ। ਤੈਨੂੰ ਪਾਉਣੀਆਂ ਕਿ ਨਹੀਂ ਪਾਉਣੀਆਂ ਮੈਂ, ਬਸ ਆਪ ਕਰੀਓ ਮੈਨੂੰ ਬਾਤ ਕਰੀ, ਆਪ ਕਰੀਓ ਮੈਨੂੰ ਬਾਤ ਕਰੀ, ਆਪ ਕਰੀਓ ਮੈਨੂੰ ਬਾਤ ਕਰੀ, ਮੈਨੂੰ ਮਾਫ ਕਰੀ, ਮਾਫ ਕਰੀਓ ਮੈਨੂੰ, ਮਾਫ 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 ਕਰੀਓ ਮੈਨੂੰ, ਮਾਫ ਕਰੀ, ਮਾਫ ਕਰੀਓ ਮੈਨੂੰ। ਮੇਰੇ ਡੈਡੀ
मेरे फादर साहब जनाब उस्ताद पूरन शाह कुट्टी जी, उन्हां दी एक बड़ी खासियत है गुरदेव, उन्हां दी जिहड़ी मुर्गी है ना वह बहुत तैयार है गर्र इदां ही। वह ना तो हंस भाजी कढ़ सके, ना मैं, ना साबर भाजी। साबर भाजी से थोड़ा जिहा सी उन्हां दा स्टाइल, साढ़े तो आले दुआले भी नहीं, असीं तां उन्हां दे चरण आसरे तुरे फिरदे। शाह कोटी साहब वास्ते करी जरा ताड़ियां मारो दब के। वह पूरन ही ने, वह पूरन, वह कल ही पूरन ने, असी सारे अपूरण हाँ, वह पूरन ने। उन्होंने एक जगह बनाई, मैंने कहने शिमे इदा गाना इतने, मैं कि जी कहते माफ कर दिती मैं बड़ा मुश्किल काम है वो पला में चुपे पला में चुपे लै भी नहीं चले आप जो कैसेट च गया मौज लग गई कोई थोड़ी मौज लग गई आप हूं इतने गा रहे और जरा भावे दस क्यारी आ जाओ कोई गल नहीं ए जरा तीन क्यारी भी मुश्किल लगे सानू भी पियाओ मनिया सी कोका कोला वर गया पर दुध सोडा असी भी पी लिया आ क्या बात शुक्रिया जी मेहरबानी आ हा हाले गढ़ विच पा लै गाली आले गढ़ विच पा लै गानी मेरे पीर दी निशानी आले गढ़ विच पा लै गानी मेरे पीर दी निशानी ओ मेरा पीर दिल भर जानी पीर दिल भर जानी आ कमी भी ना रहिए कोई कमी भी ना रहिए कमी भी ना रहिए कोई कमी भी ना रहिए सारा कुछ इको ही है रीतू दे तुसी मामा नहीं लगते इन्हां दे भी मामा नहीं लगते जी दे जी दे मैं तेनू वेखी जावा वो मैं सुना दूंगा सर बह जाओ मेरी ये तो साढ़े अपने ने ये भी साढ़े सारे ही अपने ने इत्थे सारे मीर आलमां नाल भरिया पिया सारा पड़ा मैनू खुशबू आ जाती है पहाड़ी करो जरा यमन यमन आई
IBN 13 न्यूज लाइव चल रहे हैं जी, तो सारे देख रहे हो, मेहरबानी शुक्रिया बाजी, थैंक यू जी। यार बह जाओ सारे, मैं मौलवी साहब का दरबार भी नाल है ते मैं एक कलाम उन्होंने वास्ते गाउन लगा, जरा गौर हो कलावधि करो। इधर मंदिर इधर मस्जिद इधर गुरुद्वारा इधर गिरजा, इधर मंदिर इधर मस्जिद इधर गुरुद्वारा इधर गिरजा, मैया के ये सभी घर हैं जिधर चाहे उधर गिरजा। बेनती करो, मैं उन्हां वालों भी तुहाडे वालों भी बेनती करना भाजी।
सुनो हर मलक दी खैर तर 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 ¡Gracias!
चीका नहीं मारनिया इतने इतने जकारा ही बोलना है ना मेहरबानी शुक्रिया खुश हो जाते उन्होंने फोटो खिचाने की लोड़ ही नहीं पैंदी फोटो इत्थे होनी चाहिए मणि महेश जो है जवार फल मिले
रिकॉर्ड दो मैं उठ लिया मणि महेश चंबापुर बथेरे लोग असी सारे इंक्लूडेड मी
ਅਸੀਂ ਸਾਰੇ ਹੀ ਉਹਨਾਂ ਨੂੰ ਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਉਹਨਾਂ ਦੇ ਜਿਹੜੇ ਪੈਰਾਂ ਦੀ ਮਿੱਟੀ ਉਹਦੇ ਤੱਕ ਵੀ ਨਹੀਂ ਪਹੁੰਚ ਸਕਦੇ। ਉਹ ਬਹੁਤ ਬਾਕਮਾਲ ਲੋਕ ਹੋਏ ਨੇ, ਉਹ ਲੋਕ ਹੋਏ ਨੇ ਜਿਨ੍ਹਾਂ ਨੂੰ ਰੱਬ ਨੂੰ ਵੀ ਥੱਲੇ ਬੁਲਾ ਲਿਆ ਗਾ ਕੇ। ਐਸਾ ਗਾਇਆ ਨੁਸਰਤ ਫਤਿਹ ਅਲੀ ਖਾਨ ਸਾਹਿਬ, ਮਹਿੰਦੀ ਅਸਲ ਖਾਨ ਸਾਹਿਬ, ਗੁਲਾਮ ਅਲੀ ਖਾਨ ਸਾਹਿਬ, ਮੁਹੰਮਦ ਰਫੀ ਸਾਹਿਬ, ਲਤਾ ਜੀ, ਹੈ ਨਾ, ਲਤਾ ਜੀ ਵਰਗਾ ਕੌਣ ਗਾ ਸਕਦਾ ਯਾਰ, ਤਾੜੀਆਂ ਮਾਰਿਆ ਕਰੋ। ਆਸ਼ਾ ਜੀ, ਲਤਾ ਜੀ, ਹੈ ਸਰਦੂਲ ਭਾਜੀ, ਹੰਸ ਭਾਜੀ, ਸਾਬਰ ਕੋਟੀ, ਫਿਰੋਜ਼, ਹਾਂਜੀ ਹਾਂਜੀ, ਉਹ ਹੁੰਦੇ ਹੀ ਵਧੀਆ ਜੀ ਜੀ, ਬੱਬੂ ਖਾਨ ਸਾਹਿਬ, ਸਰਦੂਲ ਭਾਜੀ, ਇੱਕੋ ਹੀ ਖਾਨਦਾਨ ਦੇ ਨੇ, ਔਰ ਸੁਰੀਲੇ ਬੰਦੇ। ਐਸਾ ਸੁਰੀਲਾ ਗਾਣਾ ਮੈਂ ਨਹੀਂ ਸੁਣਿਆ, ਵਿੱਚ ਤੇਰੀਆਂ ਰਾਜ, ਵਿੱਚ ਤੇਰੀਆਂ, ਵਿੱਚ ਤੇਰੀਆਂ ਰਾਹਾਂ ਚ ਫੁੱਲ ਬਣ ਕੇ, ਮਾਂ ਲੋਕਾਂ ਨੇ ਸਾਨੂੰ ਰੋੜ ਜਾਣਿਆ, ਅਸੀਂ ਭਗਤ ਸੀਗੇ ਮਾਂ ਤੇਰੇ, ਪਰ ਹੋਰਾਂ ਨੇ ਸਾਨੂੰ ਹੋਰ ਜਾਣਿਆ, ਹੋਰਾਂ ਨੇ ਸਾਨੂੰ ਹੋਰ ਜਾਣਿਆ। ਘੁੰਗਰੂ ਮੈਂ ਦਰ ਉੱਤੇ ਨੱਚਣਾ, ਨੱਚਣਾ ਨੱਚਣਾ ਵੀ ਇਬਾਦਤ ਬਣ ਜਾਂਦਾ, ਜੇ ਕਿਤੇ ਨੱਚਣ ਦਾ ਭਗਤ ਟੰਗ ਹੋਵੇ, ਉਹ ਨੱਚਣਾ ਨੱਚਣਾ ਵੀ ਇਬਾਦਤ ਬਣ ਜਾਂਦਾ ਹੋਏ, ਇਹ ਨੱਚਣੇ ਦਾ ਕਿਤਰੇ ਰੰਗ ਹੋ, ਰੰਗ ਉਸੇ ਉੱਤੇ ਚੜ੍ਹਦਾ, ਜਿਹਦਾ ਨੱਚ ਨੱਚ ਕੇ ਨੱਚ ਨੱਚ
नच के अज भेतना अज भेतना अज भेतना कोई भी रखना गल्ला करे दिया मां दे प्यादियां दी मां कभी उते नचना कदा कर दिया मां दे प्यादियां आ घुंघरू में डर ਨਿਆ ਮਾਂ ਦੇ ਪਿਆਰੀਆਂ ਦੀ ਮਾਂ ਤੂੰ ਗਰੂ ਸੋਣਾ ਕਹਿਣਾ ਕਰਨੀਆਂ ਮਾਂ ਦੇ ਪਿਆਰੀਆਂ ਓ ਮਾਂ ਦੇ ਮਾਂ ਦੇ ਦਰ ਤੇ ਗਿੜਦਾ ਪਾਉਣਾ ਏ ਰੁਸੀ ਹੋਈ ਮਾਂ ਨੂੰ ਮਨਾਉਣਾ ਰੁਸੀ ਹੋਈ ਮਾਂ ਨੂੰ ਮਨਾਉਣਾ ਰੁਸੀ ਹੋਈ ਮਾਂ ਨੂੰ ਮਨਾਉਣਾ ਕੋਈ ਮੋੜ ਲੈ ਆਓ ਪਿਛੜੇ
ਜਿਹੜੇ ਚਲੇ ਜਾਂਦੇ ਨੇ ਮੇਰੀ ਗੁਜ਼ਾਰਿਸ਼ ਹੈ ਸਾਡੀ ਮਾਂ ਨੂੰ ਰੋਣਾ ਨਹੀਂ ਚਾਹੀਦਾ ਉਹਨਾਂ ਦੀ ਰੂਹ ਦੁਖੀ ਹੁੰਦੀ ਹੈ ਉਹਨਾਂ ਲਈ ਦੁਆ ਕਰਿਆ ਕਰੋ ਦਰੂਦ ਸ਼ਰੀਫ ਪੜ੍ਹਿਆ ਕਰੋ ਉਹਨਾਂ ਲਈ ਪਾਠ ਕਰਿਆ ਕਰੋ ਇਹ ਸਭ ਉਹਨਾਂ ਦਾ ਹੀ ਹੈ ਜੀ ਅਸੀਂ ਸਾਡੇ 'ਚ ਜ਼ਿੰਦਾ ਨਹੀਂ ਹੋ ਚਰਖੇ ਦੀ ਘੂਕ ਜਦੋਂ ਤੇਰੀ ਤੇਰ ਪਾਈ ਅਸੀਂ ਦੋਨੋਂ ਭੈਣਾਂ ਬਹਿ ਕੇ ਤੇਰੀ ਕੈਸਟ ਸੁਣਦੀਆਂ ਰਹੀਆਂ ਅਰੇ ਅਰੇ ਮਾਂ ਮੇਰੀਆਂ ਤੁਸੀਂ ਦੋਵੇਂ ਮਾਵਾਂ ਹੋ ਮੇਰੀ ਅਰੇ 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 ਮੇਰੀ ਤਮੰਨਾ ਪੂਰੀ ਮੁਸ਼ਕਲ ਹੈ ਗਾਣਾ ਵਜਾਉਣਾ ਮੈਂ ਫਿਰ ਕਹੀ ਜਾ ਰਿਹਾ ਕਈਆਂ ਲਈ ਬੜਾ ਆਸਾਨ ਵੀ ਹੈ ਪਰ ਜਿਹੜੇ ਸਮਝਣ ਵਾਲੇ ਨੇ ਜਿਹੜੇ ਗਾਉਣ ਵਾਲੇ ਉਹਨਾਂ ਲਈ ਮੁਸ਼ਕਲ ਹੀ ਹੈ ਔਰ ਮੁਸ਼ਕਲ ਹੀ ਰਹਿਣਾ ਹੈ ਮੇਰੀਆਂ ਗੱਲਾਂ ਯਾਦ ਕਰੇਂਗੀ ਜ਼ਿੰਦੜੀ ਨੂੰ ਬਰਬਾਦ ਕਰੇਂਗੀ ਰੋ ਰੋ ਕੇ ਕਹਾਣੀ
सुनावा जय काली गलगत। मैं कोई बहरा बहरा मैं हूं एक कीबोर्ड लैके अगे लवा लिया करना। हां सुन भगत जी जय काली कलकत्ते वाली सर करी बनी 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 सर जय काली कलकत्ते वाली जय काली कलकत्ते वाली जय
ਬੜੇ ਸ਼ੁਕਰਗੁਜ਼ਾਰ ਹਾਂ। ਕਿੱਥੇ ਨੇ ਭਾਜੀ ਕਾਲਾ ਭਾਜੀ ਸਾਊਂਡ ਵਾਲੇ? ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ। ਸਾਡੇ ਮਾਈ ਜੀ ਉਹਨਾਂ ਦਾ ਬੜਾ ਰਿਕਾਰਡ ਕਰਦੇ ਨੇ। ਵਾਲੀ ਦੇ ਗਾ
ਕਲੰਦੇ ਵਾਲੀ ਜੈ ਇਹਨੂੰ ਅੱਜ ਗੱਜ ਕੇ ਬੁਖਾਰ ਚੜਿਆ ਹੋਇਆ ਤੇ ਬੱਚਾ ਫਿਰ ਵੀ ਵਜਾ ਰਿਹਾ ਢੋਲ। ਇੱਕ ਵਾਰੀ ਸਨੀ ਸਨਿਆਲ ਵਾਸਤੇ ਤਾੜੀਆਂ ਮਾਰੋ ਦੱਬ ਕੇ। ਸੱਚੀ ਮੁੱਚੀ ਇਹਦੀ ਅੱਜ ਨਾ ਬਹੁਤ ਸਿਹਤ ਖਰਾਬ ਹੈ। ਹਾਂਜੀ ਦਾਤਿਓ, ਹਾਂਜੀ ਦਾਤਿਓ, ਸ੍ਰੀ ਸ਼੍ਰੀ ਰਾਜਕੁਮਾਰ ਅਰੋੜਾ ਸਾਹਿਬ, ਸ਼੍ਰੀ ਹਰੀਸ਼ ਕੁਮਾਰ ਅਰੋੜਾ ਸਾਹਿਬ ਦੋਨੋਂ ਮੁਲਾਜ਼ਮ ਸਾਡੇ ਨੇ, ਉਹਨਾਂ ਦਾ ਬਹੁਤ ਸਹਿਯੋਗ ਹੈ, ਬੜਾ ਪਿਆਰ ਹੈ, ਉਹਨਾਂ ਨੇ ਬੜਾ ਸਾਥ ਦਿੱਤਾ ਹੈ। ਥੈਂਕ ਯੂ ਗਾਇਜ਼, ਸ਼ੁਕਰੀਆ, ਮਿਹਰਬਾਨੀ। ਕਿਹੜੇ ਕਿਹੜੇ ਜਾਣਾ ਕਿਹਾ? ਹਾਂ ਸ਼ਿਵਰੰਜਨੀ ਗਰੀਬ ਏਦਾਂ, ਵੈਸੇ ਮੇਰੀ ਘਰਵਾਲੀ ਦੀ ਵੀ ਅੱਜ ਤੱਕ ਏਦਾਂ ਕਰਕੇ ਫੋਟੋ ਖਿੱਚਾ। ਭਾਜੀ ਨੇ ਮੈਨੂੰ ਫਰਮਾਇਸ਼ ਪਾਤੀ ਤੇ ਮੈਂ ਹੁਣ ਉੱਥੋਂ ਮੁੜ ਕੇ ਆਇਆ, ਮੈਂ ਕਿਤੇ ਹੋਰ ਸੀ। ਅੱਛਾ ਜੀ, ਕਾਲਾ ਭਾਜੀ ਸ਼ੁਕਰੀਆ ਜੀ, ਆਓ ਜੀ ਬਹਿ ਜਾਓ। ਆਰਕੈਸਟਰਾ ਪ੍ਰਧਾਨ ਸਾਡੇ, ਥੈਂਕ ਯੂ, ਆਓ ਸਰ। ਮੁੱਖ ਤੇਰਾ ਉਹ ਗਾ, ਮੈਨੂੰ ਥੋੜਾ ਸਾਹ ਲੈਣ ਦੇ। ਮੁੱਖ ਤੇਰਾ ਸੋਹਣਿਆ ਗੁਲਾਬ ਨਾਲੋਂ ਚੰਗਾ, ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲੋਂ ਚੰਗਾ ਏ। ਰੱਬ ਕਰੇ ਮੇਰੇ ਦਿਲ ਦੀਆਂ ਸਜਣਾ ਹੁਣ ਕਬੂਲ ਤੂੰ। ਰੱਬ ਕਰੇ ਮੇਰੇ ਦਿਲ ਦੀਆਂ ਸਜਣਾ ਹੁਣ ਕਬੂਲ ਤੂੰ। ਤੂੰ ਮੈਨੂੰ ਵੇਖੀ ਜਾਵੇ, ਮੈਂ ਤੈਨੂੰ ਵੇਖੀ ਜਾਵਾਂ। ਤੂੰ ਮੈਨੂੰ ਵੇਖੀ ਜਾਵੇਂ, ਮੈਂ ਤੈਨੂੰ ਵੇਖੀ ਜਾਵਾਂ।
बच्चे आ ये बेइज्जती कराउण दा शौक रखदे दसना ये बच्चे ओ ने जिहड़े बेइज्जती कराउण दा शौक रखदे वी साडी करे कोई सानू काम मजाउणा हो गई हो गई हो गई असीं प्यार नाल ही समझा दिंदे मारे मेहरबानी गोदड़ी डैडी नाल आउंदी स्वाद ओहदा प्यो मेरा जदों नाल गो मैं नसीबा दा सुना देना बोल पहला गाला रख नसीबा खोल दूजा रख ला पहला ही रख ला एदा कर साढ़े 44 रख पहला गाला रख नवा रखी एदा करदे आपां सारे ही गाउंदे आ नसीबा लवकेश गाएगा लवी लक्की तुसी भी आ जाओ सारे आ जाओ आ जाओ मैं जड़ियां हासे उसे वाली गल्लां करता रहना या असी अपनी जिंदगी च हसते खेडते रहने वो दस रहे मैनू ਕਹਿੰਦਾ ਭਾਅ ਜੀ ਤੁਹਾਡੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਹੈ ਮਾਮਾ ਸੋਹਣੀ ਲੱਗਦੀ ਹੈ ਦੱਸ ਅੱਗੇ ਅੱਗੇ ਦੱਸ ਤੇਰੇ ਨਹੀਂ ਸੋਹਣੀ ਲੱਗਦੀ ਤੂੰ ਠੀਕ ਨਹੀਂ ਲੱਗਦਾ ਹੈ ਹੋਰ ਕਰਾਂਗੇ ਇੰਨੀ ਬਹੁਤ ਹੈ ਨਾ ਠੀਕ ਭਾਅ ਜੀ ਢੋਲ ਵਾਲੇ ਨੂੰ ਕਹਿੰਦੇ ਢੋਲ ਵਾਲੇ ਦਿਓ ਇੱਕ ਮਿੰਟ ਭਾਅ ਜੀ ਤੁਸੀਂ ਰੱਖ ਲੈਣੇ ਢੋਲ ਵਾਲੇ ਮੇਰੀ ਜਾਨ ਮੇਰੀ ਜਾਨ ਬਹਿ ਜਾ ਸਾਰੇ ਅਸੀਂ ਤੁਹਾਡੇ ਪਿਆਰ ਲਈ ਆਉਂਦੇ ਹਾਂ ਗਾਣਾ ਵਜਾਉਣਾ ਅਸੀਂ ਬਾਅਦ ਚੋਂ ਸ਼ੁਰੂ ਕੀਤਾ ਬੇਟੇ ਪਹਿਲਾਂ ਸਾਡਾ ਕੰਮ ਕਲੋਲਾਂ ਦਾ ਹੀ ਸੀ ਜੁਗਤਾਂ ਦਾ ਹੀ ਸੀ ਉੱਥੋਂ ਹਟ ਕੇ ਗਾਉਣ ਵਾਲ ਨੂੰ ਆਏ ਤੂੰ ਇੱਕ ਕਰੇਂਗਾ ਮੈਂ 10 ਕਰੂੰਗਾ ਤੂੰ 10 ਕਰੇਂਗਾ ਮੈਂ 100 ਕਰੂੰਗਾ ਤੂੰ 100 ਕਰੂੰਗਾ ਮੈਂ ਕਰੋੜ ਕਰੂੰਗਾ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਬੱਚਾ ਹੈ ਅਕਲ ਘੱਟ ਹੈ ਕੋਈ ਨਹੀਂ ਬੱਚਾ ਹੈ ਬੱਚਾ ਕੋਈ ਨਹੀਂ ਕੋਈ ਬੱਚਾ ਹੈ ਅਕਲ ਘੱਟ ਹੈ ਰੱਬ ਇਹਨੂੰ ਅਕਲ ਦੇਵੇ ਚਲੋ ਇਹਦੇ ਤਾੜੀਆਂ ਮਾਰ ਲਿਓ ਇਹ ਆਪਣੇ ਵੀਰ ਜੀ ਨੇ ਸੁਰੀਲੇ ਆਪਾਂ ਨੂੰ ਸੁਣਾਉਣ ਆਏ ਆ ਆਪਾਂ ਇਹਨਾਂ ਨੂੰ ਰਿਸਪੈਕਟ ਦੇਣੀ ਫੁੱਲ ਇਹ ਫੇਰ ਵੀ ਸਾਡੇ ਸੰਦੂਰ ਵੱਲ ਬਾਰ ਬਾਰ ਆ ਇਹਨਾਂ ਹਾਨੋਂ ਆ ਹੱਸਣੋ ਤਾਂ ਵੀ ਨਹੀਂ ਹਟਦਾ ਦੇਖ ਇਹਨਾਂ ਇਹਨਾਂ ਬਲਾਜਾ ਹੱਸਣੋ ਤਾਂ ਵੀ ਨਹੀਂ ਹਟ ਰਹੇ ਇੱਕ ਵਾਰੀ ਫੇਰ ਤਾੜੀਆਂ ਮਾਰੋ ਇਹਦੇ ਵਾਸਤੇ ਮਿਹਰਬਾਨੀ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਮਜ਼ਾ ਲੈਣ ਦਾ ਨਸੀਬਾ ਖੋਲ ਦੇ ਮੇਰਾ ਮੈਂ ਇੱਕ ਲਾਸਟ ਗੀਤ ਗਾਉਣ ਲੱਗਾ ਮੇਰਾ ਤਾਂ ਖੋਲਿਆ ਹੀ ਇਹਦਾ ਖੋਲ ਦੇਵੇ ਨਸੀਬ ਕਿਤੇ ਕਿਸੇ ਤਰੀਕੇ ਇਹਦਾ ਕਾਫੀ ਚਿਰ ਦਾ ਬੰਦ ਹੋਇਆ ਖਰੇ ਨਸੀਬ ਇਹਨੇ ਹੁਣ ਸਾਰਾ ਪ੍ਰੋਗਰਾਮ ਇਹਨੇ ਆਪਣੇ ਤੇ ਕਰਾਉਣਾ ਮੇਰਾ ਕੈਸਾ ਇਹਦਾ ਸੁਰੰਗ ਵਰਗਾ ਮੂੰਹ ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾਹ ਓਏ ਸਿੰਗਲ ਲਾਉਣਾ ਪਹਿਲੋਂ ਸਿੰਗਲ ਲਾਉਣਾ ਉਸ ਤੋਂ ਬਾਅਦ ਡਬਲ ਲਾਉਣਾ ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਅੱਲਾਹ ਕੁੜੀਆਂ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ ਤੁਸੀਂ ਤਾਂ ਮੇਰੀਆਂ ਧੀਆਂ ਹੋ ਛਾਬੜਾ ਸਿਸਟਰ ਅੱਛਾ ਜੀ
ਇਹ ਬੱਚੀਆਂ ਨੇ ਬਹੁਤ ਸੋਹਣਾ ਗਾਉਂਦੀਆਂ ਨੇ, ਇੱਕ ਵਾਰੀ ਇਹਨਾਂ ਵਾਸਤੇ ਤਾੜੀਆਂ ਮਾਰੋ ਜ਼ਰਾ ਦੱਬ ਕੇ। ਸੰਗਰੂਰ ਤੋਂ ਹੀ ਹੋ, ਛਾਬੜਾ ਸਿਸਟਰ, ਉਹ ਤਾਂ ਪੈਰੀ ਹੱਥ ਨਹੀਂ ਲਾਈਦਾ, ਨਹੀਂ ਏਦਾਂ ਆਸ਼ੀਰਵਾਦ ਜਿਉਂਦੀਆਂ ਰਹੋ, ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਮੇਰਾ ਬਾਬਾ ਮੁਰਾਦ ਸ਼ਾਹ ਤੁਹਾਨੂੰ ਲੰਬੀ ਉਮਰਾਂ ਬਖਸ਼ੇ, ਸੁਰਦਾਨ ਬਖਸ਼ੇ, ਮਿਹਰਬਾਨੀ। ਨਸੀਬਾ ਖੋਲ ਮੇਰਾ ਬੇਟੇ ਗਾਓ, ਨਸੀਬਾ 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 ਖੋਲ ਮੇਰਾ, ਨਸੀਬਾ ਖੋਲ ਮੇਰਾ, ਜ਼ੁਲਫੀ ਅਖਤਰ ਤੇਰਾ ਭਰਾ, ਉਹਨਾਂ ਦੀ ਸਿਸਟਰ, ਤੂੰ ਜ਼ੁਲਫੀ ਦੀ ਭੈਣ ਹੈ, ਵੈਰੀ ਗੁੱਡ, ਕਿੱਦਾਂ ਠੀਕ ਠਾਕ। ਜ਼ੁਲਫੀ ਅਖਤਰ ਉਹ ਮੇਰੇ ਭਰਾ ਨੇ, ਆਹ ਕੁੜੀ ਉਹਨਾਂ ਦੀ ਭੈਣ ਹੈ, ਮੈਨੂੰ ਬੜਾ ਚੰਗਾ ਲੱਗਾ। ਗੋਡ ਬਲੈਸ ਜੀ, ਖੁਸ਼ ਰਹੋ, ਆਬਾਦ ਰਹੋ, ਬਹਿ ਜਾਓ ਕੋਈ ਭੈਣ ਤੇ ਕੁੜੀ ਨੂੰ। ਨਸੀਬਾ ਖੋਲ ਦੇ ਮੇਰਾ, ਨਸੀਬਾ ਖੋਲ ਦੇ ਮੇਰਾ, ਨਸੀਬਾ ਖੋਲ ਦੇ ਮੇਰਾ, ਨਸੀਬਾ ਖੋਲ ਦੇ ਮੇਰਾ, ਮਦਦ ਕਰ ਮੇਰੀ ਅੱਲਾ, ਇਸ ਬੱਚੇ ਨੇ ਕਦੀ ਜ਼ਿੰਦਗੀ ਚ ਮੈਨੂੰ ਕੰਪਲੇਂਟ ਨਹੀਂ ਕੀਤੀ, ਤੇ ਮੈਨੂੰ ਹਮੇਸ਼ਾ ਕਹਿੰਦਾ ਗੁਰੂ ਜੀ ਸੋਰੀ ਮੈਂ ਤੁਹਾਡਾ ਸਮਾਂ ਲੈ ਰਿਹਾ, ਤੇ ਇੱਕ ਇਹਨੀ ਕੀ ਗੱਲ ਕਰਨੀ ਸੀ ਜੀ, ਤੁਸੀਂ ਠੀਕ ਠਾਕ ਹੋ? ਮੈਂ ਕਿਹਾ ਹਾਂਜੀ। ਰਾਜੀਵ ਬਾਜੀ ਸਰ ਠੀਕ ਠਾਕ ਹੈ ਜੀ? ਹਾਂਜੀ ਜੀ। ਅੱਛਾ ਜੀ ਗੁਰੂ ਜੀ, ਵੈਰੀ ਵੈਰੀ, ਬਸ ਇੰਨੀ ਗੱਲ ਕਰਦਾ, ਔਰ ਬੜਾ ਅਦਬਦਾਰ ਬੱਚਾ। ਲਵੀ ਲੱਕੀ ਇਹ ਵੀ ਬੜਾ ਪਿਆਰਾ ਅਦਬਦਾਰ ਬੱਚਾ, ਦੋਨੋਂ ਉਹ ਕਹਿੰਦੇ ਨੇ ਬਾ ਅਦਬ ਬਾ ਨਸੀਬ, ਬਾ ਅਦਬ ਬਾ ਨਸੀਬ, ਬੇ ਅਦਬ ਬਦ ਨਸੀਬ, ਜਿਹਨੂੰ ਕਿਸੇ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਉਹ ਬਦਨਸੀਬ ਹੁੰਦਾ ਹੈ ਵਿਚਾਰਾ, ਕਿਉਂਕਿ ਉਹਦੀ ਕੋਈ ਵੀ ਨਹੀਂ ਇੱਜ਼ਤ ਕਰਦਾ। ਉਹਨੂੰ ਬਹੁਤ ਹੁਣੇ ਦੇਖਿਆ ਹੀ ਹੋ ਤੁਸੀਂ, ਨਸੀਬਾ ਖੋਲ ਦੇ ਮੇਰਾ, ਮਤਲਬ ਹੁੰਦਾ
ਕੇ ਮਿੰਨਤ ਕਦਨ ਦਿੰਦਾ ਦਿੰਦਾ ਕਦਨ ਨਸੀਬਾ ਖੋਲ ਸੁਣੋ ਇੱਕ ਇੱਕ ਨਾ ਸੁਰ ਜਿਹਨੂੰ ਕਹਿੰਦੇ ਨੇ ਫਾਲਸੈਟਸ ਇੰਗਲਿਸ਼ ਚ ਫਾਲਸੈਟਸ ਕਹਿੰਦੇ ਉਹਨੂੰ ਮਿਹਰਬਾਨੀ ਔਰ ਉਹ ਵੀ ਬਹੁਤ ਜ਼ਰੂਰੀ ਹੈ ਯੂਜ਼ ਹੋਣਾ ਕਦੀ ਕਦੀ ਨਸੀਬਾ ਖੋਲ ਦੇ ਮੇਰਾ ਯਾ ਅੱਲਾ ਸੁਣ ਲੈ ਦੁਖਾਈ ਦੁਖਾਈ ਮੇਰੀ ਮਾਂ ਨਸੀਬਾ ਨਸੀਬਾ ਅੱਲਾ ਸੁਣ ਲੈ ਦੁਖਾਈ ਗਾਓ ਅੱਲਾ ਸੁਣ ਲੈ ਦੁਖਾਈ ਨਸੀਬਾ ਖੋ ਬੈਠੋ ਯਾਰ।